ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਵਰਿੰਦਰ ਸਿੰਘ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਆਪ ਸਭ ਜੀ ਦਾ ਤੁਹਾਡੇ ਆਪਣੇ PVK ਚੈਨਲ ਉੱਤੇ। ਸੋ ਜੀ, ਇਹ ਦੂਸਰਾ ਐਪੀਸੋਡ ਆ ਆਪਣੀ ਪਤੇਨ ਤੇ ਚੀ ਦੀ ਸੀਰੀਜ਼ ਦਾ, ਜਿਹੜੀ ਕਿ ਫ੍ਰੀ ਚੱਲਦੀ ਪਈ ਆਪਣੇ YouTube ਚੈਨਲ ਉੱਤੇ। ਸੋ ਜਿਹੜੇ ਜਿਹੜੇ ਭੈਣ ਭਰਾ ਨੇ ਅਜੇ ਤੱਕ ਵੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਜ਼ਰੂਰ ਕਰ ਦੇਣ। ਅਤੇ ਉਮੀਦ ਕਰਦਾ ਜਿਹੜਾ ਪਹਿਲਾ ਐਪੀਸੋਡ ਮੈਂ ਬਣਾਇਆ ਸੀ ਤੁਸੀਂ ਸਾਰਿਆਂ ਨੇ ਦੇਖ ਲਿਆ ਹੋਵੇਗਾ। ਜੇ ਨਹੀਂ ਦੇਖਿਆ ਤਾਂ ਉੱਤੇ ਆਈ ਬਟਨ 'ਤੇ ਉਹਦਾ ਲਿੰਕ ਆਉਣ ਡਿਆ, ਉਹਨੂੰ ਕਲਿੱਕ ਕਰਕੇ ਤੁਸੀਂ ਪਹਿਲਾ ਐਪੀਸੋਡ ਦੇਖ ਸਕਦੇ ਹੋ। ਅਤੇ ਮੈਂ ਨਾਲ ਨਾਲ ਇਹ ਵੀ ਉਮੀਦ ਕਰਾਂਗਾ ਕਿ ਤੁਹਾਨੂੰ ਜਿਹੜਾ ਐਪੀਸੋਡ ਪਹਿਲਾਂ ਬਣਾਇਆ ਸੀ ਉਹ ਬਹੁਤ ਜ਼ਿਆਦਾ ਪਸੰਦ ਆਇਆ ਹੋਵੇਗਾ, ਅਤੇ ਤੁਸੀਂ ਉਸ ਵੀਡੀਓ ਨੂੰ ਲਾਈਕ ਵੀ ਜ਼ਰੂਰ ਕੀਤਾ ਹੋਵੇਗਾ। ਅਤੇ ਇਹੀ ਉਮੀਦ ਤੁਹਾਡੇ ਤੋਂ ਮੈਂ ਐਸੀ ਇਸ ਵੀਡੀਓ 'ਤੇ ਵੀ ਕਰਾਂਗਾ। ਸੋ ਪਲੀਜ਼ ਇਸ ਵੀਡੀਓ ਨੂੰ ਵੀ ਜਲਦੀ ਤੋਂ ਜਲਦੀ ਲਾਈਕ ਜ਼ਰੂਰ ਕਰ ਦਿਓ। ਅਤੇ ਇਹਦੇ ਨਾਲ ਨਾਲ ਮੈਂ ਤੁਹਾਨੂੰ ਦੱਸਦਾ ਕਿ ਅਸੀਂ ਇੱਕ ਵਟਸਐਪ ਗਰੁੱਪ ਬਣਾਉਣ ਲੱਗੇ ਹਾਂ। ਉਸ ਗਰੁੱਪ ਦੇ ਵਿੱਚ ਜਿਹੜੀ ਅਸੀਂ ਵੀਡੀਓ ਪਾਵਾਂਗੇ, ਜਿਹੜੇ ਲੈਕਚਰ ਵਾਲੀ ਵੀਡੀਓ ਹੋਣਗੀਆਂ, ਜਿਵੇਂ ਕਿ ਪਤੇ ਤੇ ਚੀਜ਼ ਦਾ ਲੈਕਚਰ ਦੀ ਜਿਹੜੀ ਵੀਡੀਓ ਅਪਡੇਟ ਆਏਗੀ ਉੱਥੇ ਤੁਹਾਨੂੰ ਮਿਲ ਜਾ ਕਰੇਗੀ। ਮਤਲਬ ਉੱਥੇ ਮੈਂ ਲਿੰਕ ਛੱਡ ਦਿਆ ਕਰਾਂਗਾ, ਤੁਸੀਂ ਉੱਥੇ ਜਾ ਕੇ ਆਪਣਾ ਦੇਖ ਸਕਦੇ ਹੋ ਪਤੇਨ ਤੇ ਸੀ। ਅਤੇ ਹੋਰ ਵੀ ਜਿਹੜੀ ਸਾਡੀ ਨਵੀਂ ਸੀਰੀਜ਼ ਆਉਣਗੀਆਂ ਉਹਨਾਂ ਸਾਰੀਆਂ ਵੀਡੀਓ ਦੇ ਲਿੰਕ ਤੁਹਾਨੂੰ ਉੱਥੇ ਮਿਲ ਜਾ ਕਰਨਗੇ। ਅਤੇ ਇਹਦੇ ਨਾਲ ਨਾਲ ਜਿਹੜਾ ਅਸੀਂ ਪਤੇਨ ਤੇ ਚੀ ਨੂੰ ਲੈ ਕੇ ਇੱਕ ਸਵਾਲ ਪੁੱਛਿਆ ਕਰਨਾ, ਵੀ ਵਟਸਐਪ 'ਤੇ ਹੀ ਪੁੱਛਿਆ ਕਰਾਂਗੇ, ਅਤੇ ਉਹਦਾ ਜਵਾਬ ਮੈਂ ਉਸ ਤੋਂ ਅਗਲੇ ਦਿਨ ਸ਼ੇਅਰ ਕਰਾਂਗਾ ਤੁਹਾਡੇ ਨਾਲ। ਅਤੇ ਇਹ ਵਟਸਐਪ ਗਰੁੱਪ ਕਿੱਦਾਂ ਜੁਆਇਨ ਕਰਨਾ, ਕਿੱਥੇ ਜੁਆਇਨ ਕਰਨਾ, ਉਹਦਾ ਲਿੰਕ ਮੈਂ ਨੀਚੇ ਡਿਸਕ੍ਰਿਪਸ਼ਨ ਵਿੱਚ ਦੇ ਦਾਂਗਾ। ਤੁਸੀਂ ਉੱਥੋਂ ਉਹਦੇ ਉਸ ਲਿੰਕ 'ਤੇ ਕਲਿੱਕ ਕਰਕੇ ਸਿੱਧਾ ਸਾਨੂੰ ਜੁਆਇਨ ਕਰ ਸਕਦੇ ਹੋ ਇਸ ਵਟਸਐਪ ਗਰੁੱਪ ਨੂੰ। ਸੋ ਚਲੋ, ਬਹੁਤ ਸਾਰੀ ਗੱਲਾਂ ਹੋ ਗਈਆਂ, ਬਹੁਤ ਸਾਰਾ ਲੈਕਚਰ ਮੈਂ ਦੇ ਲਿਆ, ਹੁਣ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਸੀਰੀਜ਼ ਨੂੰ, ਆਪਣੀ ਫ੍ਰੀ ਸੀਰੀਜ਼ ਨੂੰ, ਜਿਹੜੀ ਕਿ ਆ ਪਤੇਨ ਤੇ ਚੀ ਇਨ ਪੰਜਾਬੀ। ਸੋ ਜੀ, ਦੂਸਰੇ ਪੇਜ 'ਚ ਆਪਾਂ ਪਿਛਲੀ ਵੀਡੀਓ 'ਚ ਕਰ ਲਿਆ ਸੀ, ਹੁਣ ਆਪਾਂ ਸ਼ੁਰੂ ਕਰਾਂਗੇ ਆਪਣਾ ਤੀਸਰੇ ਪੇਜ ਤੋਂ। ਮੈਂ ਯਾਦ ਕਰਾਉਣਾ ਚਾਹਾਂਗਾ, ਚੈਪਟਰ ਪਹਿਲਾ ਹੈ, ਪਹਿਲਾ ਚੈਪਟਰ ਹੈ, ਠੀਕ ਹੈ। ਸੋ ਜੀ, ਅੱਗੇ ਵਧਿਆ, ਆ ਗਿਆ ਆਪਣਾ ਤੀਸਰਾ। ਸੋ ਇਹਦਾ ਟਾਈਟਲ ਪੜ੍ਹ ਲੈਂਦੇ ਹਾਂ ਜੀ, ਡੈਫੀਨੀਸੀਓਨੀ ਦੀ ਇੰਟਰਰੁਪਸੀਓਨੇ ਰਿਪੋਜ਼ੋ ਏ ਟੈਂਪੋ ਦੀ ਡਿਸਪੋਨੀਬਿਲਿਟਾ। ਡੈਫੀਨੀਸੀਓਨੀ, ਡੈਫੀਨੀਸੀਓਨੀ ਦਾ ਮਤਲਬ ਹੁੰਦਾ ਪਰਿਭਾਸ਼ਾ, ਡੈਫੀਨੇਸ਼ਨ, ਇੰਟਰਰੁਪਸੀਓਨੇ ਰੁਕਣਾ। ਉਸ ਤੋਂ ਬਾਅਦ ਆ ਜਾਂਦਾ ਰਿਪੋਜ਼ੋ, ਰਿਪੋਜ਼ੋ ਹੁੰਦਾ ਰੈਸਟ ਕਰਨਾ। ਅਤੇ ਆਖਿਰ ਵਿੱਚ ਟੈਂਪੋ ਦੀ ਡਿਸਪੋਨੀਬਿਲਿਟਾ, ਇਹ ਹੁੰਦਾ ਉਹ ਵਾਲਾ ਟਾਈਮ ਜਦੋਂ ਤੁਸੀਂ ਅਵੇਲੇਬਲ ਹੋ, ਜਦੋਂ ਤੁਸੀਂ ਤਿਆਰ ਹੋ ਕੰਮ ਲਈ, ਠੀਕ ਹੈ। ਸੋ ਜੀ, ਇਹ ਤੀਸਰਾ ਪੇਜ ਆ, ਸ਼ੁਰੂ ਕਰਦੇ ਹਾਂ, ਥੋੜ੍ਹਾ ਜ਼ੂਮ ਕਰ ਲੈਂਦੇ ਫਿਰ ਤੋਂ। ਸੇਕੋਂਡੋ ਇਲ ਰੈਗੋਲਾਮੈਂਟੋ ਚਿੰਕਵੇ ਸੇ ਯੂਨੋ ਦੋ ਮੇਰੇ ਸੇਈ ਚੀ ਏ ਪਰ ਇੰਟਰਰੁਪਸੀਓਨੇ ਸੀ ਇੰਟੈਂਡੇ ਓਨੀ ਪੀਰੀਓਡੋ ਇਨ ਕੁਈ ਇਲ ਕੰਡੂਚੇਂਟੇ ਨੋਨ ਪੋ ਗੁਇਦਾਰੇ ਉਜ਼ਵੋਲਜਰੇ ਆਲਤਰੇ ਮਾਨਸੀਓਨੀ। ਸੇਕੋਂਡੋ ਇਲ ਰੈਗੋਲਾਮੈਂਟੋ, ਇਹਦਾ ਮਤਲਬ ਹੁੰਦਾ ਇਸ ਕਾਨੂੰਨ ਦੇ ਹਿਸਾਬ ਨਾਲ, ਰੈਗੋਲਾਮੈਂਟੋ ਕਾਨੂੰਨ, ਚਿੰਕਵੇ ਸੇ ਯੂਨੋ ਵਾਲਾ ਜਿਹੜਾ ਕਾਨੂੰਨ ਹੈ ਉਹਦੇ ਹਿਸਾਬ ਨਾਲ। ਪੈਰ ਇੰਟਰਰੁਪਸੀਓਨੇ, ਇੰਟਰਰੁਪਸੀਓਨੇ ਦਾ ਆਪਾਂ ਮਤਲਬ ਦੱਸਦੇ ਪਏ ਨੇ ਸੀ ਇੰਟੈਂਦੇ, ਮਤਲਬ ਕਿ ਇੰਟਰਰੁਪਸੀਓਨੇ ਦਾ ਕੀ ਮਤਲਬ ਹੈ। ਓਨੀ ਪੀਰੀਓਡੋ, ਹਰ ਇੱਕ ਟਾਈਮ, ਹਰ ਇੱਕ ਪੀਰੀਅਡ ਇਨ ਕੁਈ ਜਿੱਥੇ ਕਿ ਇਲ ਕੋਂਦੂ ਚੇਨ ਤੇ ਡਰਾਈਵਰ ਨੋਨ ਪੋਗੁਈਦਾਰੇ ਗੱਡੀ ਨਹੀਂ ਚਲਾ ਸਕਦਾ, ਨਹੀਂ ਡਰਾਈਵ ਕਰ ਸਕਦਾ, ਉਸ ਵੋਲ ਜਿਹੜੇ ਆਲਤਰੇ ਮਾਨਸੀਓ ਨਹੀਂ ਜਾਂ ਹੋਰ ਕੋਈ ਜਿਹੜਾ ਕੰਮ ਹੈ ਉਹ ਨਹੀਂ ਕਰ ਸਕਦਾ ਇੰਟਰਰੁਪਸੀਓਨੇ ਵਿੱਚ, ਠੀਕ ਹੈ ਜੀ, ਧਿਆਨ ਰੱਖਿਓ। ਸੋ ਜੀ, ਅਵੇਰੋਵਾ ਵਧਦੇ ਅਗਲੇ ਸਵਾਲ ਵੱਲ। ਅੱਗੇ ਸਵਾਲ 'ਚ ਕੀ ਕਹਿੰਦਾ ਪਿਆ, ਰਿਪੋਜ਼ੋ ਬਾਰੇ ਦੱਸਦਾ ਪਿਆ, ਰਿਪੋਜ਼ੋ ਕੀ ਆ। ਰਿਪੋਜ਼ੋ ਸੀ ਇੰਟੈਂਦੇ ਓਨੀ ਪੀਰੀਓਡੋ ਇੰਟਰਰੋਤੋ ਦੁਰਾਂਤੇ ਇਲ ਕੁਆਲੇ ਇਲ ਕੰਡੂਚੇਂਟੇ ਪੋ ਡਿਸਪੋਰੇ ਲਿਬਰਾਮੈਂਟੇ ਦੈਲ ਸੂਓ ਟੈਂਪੋ। ਰਿਪੋਜ਼ੋ ਦਾ ਮਤਲਬ ਦੱਸਦਾ ਪਿਆ ਇੱਥੇ ਆਪਾਂ ਨੂੰ ਓਨੀ ਪੀਰੀਓਡੋ, ਹਰ ਇੱਕੋ ਟਾਈਮ, ਇੰਟਰਰੋਤੋ ਜਦੋਂ ਰੁਕੇ ਹਾਂ, ਦੁਰਾਂਤੇ ਇਲ ਕੁਆਲੇ ਇਲ ਕੰਡੂਚੇਂਟੇ ਜਿਸ ਟਾਈਮ ਵਿੱਚ ਜਦੋਂ ਡਰਾਈਵਰ ਕੰਡੂਚੇਂਟੇ ਡਰਾਈਵਰ ਪੋ ਡਿਸਪੋਰੇ ਲਿਬਰਾਮੈਂਟੇ ਦੈਲ ਸੂਓ ਟੈਂਪੋ, ਮਤਲਬ ਕਿ ਉਹ ਆਪਣੇ ਟਾਈਮ ਦਾ ਸੂਓ ਟੈਂਪੋ, ਆਪਣੇ ਟਾਈਮ ਦਾ ਖੁੱਲ੍ਹੇ ਤਰੀਕੇ ਨਾਲ, ਲਿਬਰਾਮੈਂਟੇ ਆਜ਼ਾਦੀ ਨਾਲ ਆਪਣੇ ਟਾਈਮ ਦੀ ਵਰਤੋਂ ਕਰ ਸਕਦਾ, ਜੇ ਉਹ ਮਰਜ਼ੀ ਕਰਨਾ ਚਾਹੇ ਉਹ ਕਰ ਸਕਦਾ। ਰਿਪੋਜ਼ ਦਾ ਮਤਲਬ ਇਹੀ ਹੁੰਦਾ, ਠੀਕ ਹੈ ਜੀ। ਸੋ ਇਹ ਵੀ ਵੇਰੋ ਆ। ਅਗਲਾ ਸਵਾਲ ਕੀ ਕਹਿੰਦਾ, ਅੱਗੇ ਕਹਿੰਦਾ ਇਲ ਟੈਂਪੋ ਦੀ ਡਿਸਪੋਨੀਬਿਲਿਤਾ ਕੰਪਰੈਂਦੇ ਇਲ ਟੈਂਪੋ ਦੀ ਅਤੇਜ਼ਾ ਸੁਲ ਪੋਸਟੋ ਦੀ ਲਵੋਰੋ ਏ ਲਾ ਮੁਲਟੀ ਪ੍ਰੈਜੈਂਸਾ। ਟੈਂਪੋ ਡਿਸਪੋਨੀਬਿਲਿਤਾ ਬਾਰੇ ਦੱਸਦਾ ਪਿਆ ਆਪਾਂ ਨੂੰ ਉਹ ਕੀ ਹੁੰਦਾ। ਕੰਪਰੈਂਦੇ, ਕੰਪਰੈਂਦੇ ਹੁੰਦਾ ਸ਼ਾਮਿਲ ਕਰਨਾ। ਇਲ ਟੈਂਪੋ ਦੀ ਅਤੇਜ਼ਾ, ਟੈਂਪੋ ਦੀ ਅਤੇਜ਼ਾ ਹੁੰਦਾ ਵੇਟਿੰਗ ਟਾਈਮ, ਅਤੇਜ਼ਾ ਵੇਟ ਕਰਨਾ, ਟੈਂਪੋ ਟਾਈਮ। ਸੁਲ ਪੋਸਟੋ ਜਗ੍ਹਾ 'ਤੇ, ਦੀ ਲਵੋਰੋ ਮਤਲਬ ਜਗ੍ਹਾ, ਜਿਹੜੀ ਕੰਮ ਵਾਲੀ ਜਗ੍ਹਾ ਹੈ ਉੱਥੇ ਆਪਣਾ ਵੇਟ ਕਰਨਾ, ਉਹ ਵਾਲਾ ਟਾਈਮ ਵੀ ਟੈਂਪੋ ਡਿਸਪੋਨੀਬਿਲਿਟੀ ਵਿੱਚ ਸ਼ਾਮਿਲ ਹੁੰਦਾ, ਕੰਪਰੈਂਦੇ ਸ਼ਾਮਿਲ ਹੁੰਦਾ। ਇਹ ਲਾ ਮੁਲਟੀ ਪ੍ਰੈਜੈਂਸਾ, ਮੁਲਟੀ ਪ੍ਰੈਜੈਂਸਾ ਕੀ ਹੁੰਦਾ, ਮੁਲਟੀ ਪ੍ਰੈਜੈਂਸਾ ਹੁੰਦਾ ਇੱਕ ਤੋਂ ਵੱਧ ਦਾ ਪ੍ਰੈਜੈਂਟ ਹੋਣਾ, ਮੁਲਟੀ ਇੱਕ ਤੋਂ ਵੱਧ ਪ੍ਰੈਜੈਂਸਾ ਮੌਜੂਦ ਹੋਣਾ। ਸੋ ਇਨ ਸ਼ੋਰਟ, ਮੁਲਟੀ ਪ੍ਰੈਜੈਂਸਾ ਆਪਣਾ ਕੀ ਬਣਿਆ, ਜਦੋਂ ਇੱਕ ਤੋਂ ਵੱਧ ਡਰਾਈਵਰ ਅਵੇਲੇਬਲ ਹੋਵੇ, ਮਤਲਬ ਇੱਕੋ ਗੱਡੀ ਵਿੱਚ ਦੋ ਡਰਾਈਵਰ ਹੋਣ, ਠੀਕ ਹੈ ਜੀ, ਸੋ ਉਹਨੂੰ ਕਹਿੰਦੇ ਮੁਲਟੀ ਪ੍ਰੈਜੈਂਸਾ। ਅੱਗੇ, ਸੋ ਇਹ ਵੀ ਵੇਰਵਾ ਪਹਿਲੀ ਗੱਲ। ਉਸ ਤੋਂ ਬਾਅਦ ਗੱਲ ਕਰਦੇ ਹਾਂ ਇੰਟਰਰੁਪਸੀਓਨੇ ਦੀ, ਫਿਰ ਤੂੰ ਦੱਸਦਾ ਪਿਆ ਕੀ ਦੱਸਦਾ ਪਿਆ ਆਪਾਂ ਨੂੰ। ਇੰਟਰਰੁਪਸੀਓਨੇ ਸੀ ਇੰਟੈਂਦੇ ਓਨੀ ਫਿਰਮਾਤਾ ਫਿਤਵਾਤਾ ਕੋਨ ਇਲ ਵੀਕੋਲੋ ਦੁਰਾਂਤੇ ਲਾ ਜੋਰਨਾਤਾ ਲਵਰਾਤੀਵਾ। ਸਿੰਤੈਂਦੇ ਓਨੀ ਫਿਰਮਾਤਾ, ਹਰ ਇੱਕ ਫਿਰਮਾਤਾ ਜਿਹੜਾ ਕੀਤਾ, ਫਿਰਮਾਤਾ ਹੁੰਦਾ ਇੱਕ ਸ਼ੋਰਟ ਟਾਈਮ ਜਿਹੜਾ ਆਪਾਂ ਥੋੜ੍ਹੇ ਟਾਈਮ ਲਈ ਰੁਕਦੇ ਹਾਂ। ਫਿਤਵਾਤਾ ਕੋਨ ਇਲ ਵੀਕੋਲੋ, ਗੱਡੀ ਨਾਲ ਜਿਹੜਾ ਕੀਤਾ ਜਾਂਦਾ ਹੈ, ਦੁਰਾਂਤੇ ਲਾ ਜੋਰਨਾਤਾ ਲਵਰਾਤੀਵਾ, ਕੰਮ ਵਾਲੇ ਦਿਨ ਵਿੱਚ ਜਦੋਂ ਆਪਾਂ ਫਿਰਮਾਤਾ ਵੀ ਕਰਦੇ ਹਾਂ, ਉਹ ਵੀ ਇੱਕ ਇੰਟਰਰੁਪਸੀਓਨੇ ਗਿਣਿਆ ਜਾਂਦਾ ਹੈ ਇਸ ਕਾਨੂੰਨ ਦੇ ਹਿਸਾਬ ਨਾਲ। ਫਾਲਸੋ, ਕਿਉਂ ਫਾਲਸੋ, ਉੱਤੇ ਦੇਖ ਲੈਂਦੇ ਹਾਂ। ਇੱਥੇ ਕਹਿੰਦਾ ਪਿਆ ਹਰ ਇੱਕੋ ਟਾਈਮ ਜਦੋਂ ਡਰਾਈਵਰ ਗੱਡੀ ਨਹੀਂ ਚਲਾ ਸਕਦਾ ਜਾਂ ਹੋਰ ਕੋਈ ਕੰਮ ਨਹੀਂ ਕਰ ਸਕਦਾ। ਅਤੇ ਇੱਥੇ ਕੀ ਕਹਿੰਦਾ ਪਿਆ, ਇੱਥੇ ਕਹਿੰਦਾ ਪਿਆ ਫਿਰ ਮਾਤਾ, ਜਦਕਿ ਫਿਰ ਮਾਤਾ ਹੁੰਦਾ ਸ਼ੋਰਟ ਟਾਈਮ, ਅਤੇ ਇੰਟਰਰੁਪਸੀਓਨੇ ਦਾ ਮਤਲਬ ਹੁੰਦਾ
Per disponibilità si intende assenso del lavoratore a svolgere mansioni al di fuori del normale orario di lavoro. Soite aperto upon disponibilità da matro dostape si intende l'assenso del lavoratore, jada kam kardape, assenso hunda manjuri. Manjuri kam karne wale di a svolgere mansioni bhi mission jada kardape, jada apna kam kardape al di fuori, bahar di normale orario di lavoro. मतलब कि जरा नॉर्मल टाइम है उन्हें तो ज़्यादा काम करना उन्हें तो नॉर्मल टाइम तो अपने तो वध काम करना एक तरह का ये भी अपना ओवर टाइम करने को कहता पे कहता डिस्पोनिबिलिटी का मतलब है कि ड्राइवर की मंजूरी होएगी भी वो अपना ओवर टाइम लगा सकता है ड्राइवर की मंजूरी ना पर यह हो गया अपना फालसो क्योंकि जरा डिस्पोनिबिलिटी का मतलब होंगे वह मतलब होंगे कि मैं अवेलेबल हाँ मैं काम करने तैयार हाँ भी मैनू अपना काम दो मैं जाव ठीक है उन्होंने होंगे डिस्पोनिबिलिटी भी मैं प्रोपर अवेलेबल हाँ भी मैंने जितने यूज़ करना चाहते उत्थे करो पर इतने दसदा पाया कि भी ओवर टाइम कर सकता या अपने नॉर्मल घंटिया तो वध घंटे लगा सकता इदा कुछ नहीं है ठीक है जी सो है फालसवा तीसरा अपना कंप्लीट वध्या चौथे वाल डेफिनेशियोने दी मुल्टी प्रेजेंसा हुण आ गया मुल्टी प्रेजेंसा फिर तो हुण मुल्टी प्रेजेंसा बारे आप देखा भी यह की चीज़ है डेफिनेशियोने हुंदा है परिभाषा या डेफिनेशन ठीक है जी वध्या पहले सवाल ते सेकोंडो इल रेगोलामेंटो 561 सी पो परलारे दी मुल्टी प्रेजेंसा क्वांदो अ बोर्डो दल वेहिकुलो सोनो प्रेजेंटी अलमेनो दुए कोंडुचेंटी per l'intero periodo, fatta salva la prima ora nella quale la presenza del secondo conducente è facoltativa. Secondo il regolamento, madre che escano un de sabna, si può parlare di multipresenza, apa multipresenza varigal cardia, cadun, giadon, a bordo del veicolo, gaddi de vec, a bordo del veicolo, hunda gaddi de utte, gaddi de vec, le bande bettene, onanu. Sono presenti almeno due conducenti, otte, katto kat, do driver mojud hon. Per l'intero periodo, pure raste, pure vaat, pure jada apna period hai ode vich. Fatta salva la prima ora, vi pehle kante de adhin, pehle kante de vich, nella quale la presenza ji de vich, jadi maujoodgi ha, secondo conducente di, matlab ke dusre driver di, o facoltativa honda ek tarah da optional. Hove, na hove, theek hai? Matlab hai te theek hai, nahi hai te koi chakkar nahi idan da, theek hai? Facoltativa. So hai, vero. Agge kehnda hai. Si può parlare di multipresenza quando a bordo del veicolo sono presenti due conducenti per l'intero periodo, fatte salve le prime 3 ore, dove la presenza del secondo conducente è facoltativa. Itthe tak sara sema, kuch vi nahi fark paya unna ne, bas itthe ki likhta hai fatte salve le prime 3 ore, vi pehle 3 ghante di gal karan lag gaya, vi 3 ghante vich vi driver hai, nahi hai, oh matlab facoltativa hai, optional hai, theek hai ji? सो है फालसो हो जाता प्रीमे 3 ओरे नहीं हैगा प्रीमा ओरा है सिर्फ 1 घंटे लिए है भी 1 घंटे में जेकर ड्राइवर उत्थे है नहीं है वह कोई चक्कर नहीं ठीक है जी सो है फालसो बदे अपने अगले पेज से चौथा अपना कंप्लीट हो गया पंजवा सो जी अगले पेज से वधन तो पहला तो सामने एक बेनती है छोटी जी कि सपोर्ट जरूर करया करो इस चैनल की जी वीडियो अभी बनाने पे उन्होंने शेयर जरूर करया करो तो जो भैन भरा पतेंते ची करना चाहते हैं वो अपनी तैयारी कर सकन साढ़े नाल तो बिल्कुल फ्री कोर्स है जिदा कि तुम्हें पता ही है सो एक छोटी जी साढ़े ना साढ़े जी कही भी सपोर्ट करते करो चैनल में शेयर तो चैनल में सबसक्राइब करके जिन्हें सबसक्राइब करता उन्होंने धन्यवाद करते हैं एक बार फिर तो जिन्होंने नहीं किया सबसक्राइब जरूर कर लेते वीडियो लाइक जरूर कर दिया करो चैनल की सपोर्ट होने सूँ हौसला मिल जाता सीधा ही अपना जो कंटेंट है वधिया कंटेंट है जरा बनाने लिए प्रेरित होंगे रहने हैं सो जी पंजवा पेज आ गया अपना पीरियोडो दी गुई दा जर्नल ईयरो मतलब कि दिन विच अपनी गड्डी चलाने का जरा पीरियड आ या जिन्हों आप अपना गड्डी चलाने का टाइम आप कह सकते हैं वधदे हैं पहले सवाल ते Secondo quanto stabilito dal regolamento 561, il periodo di guida giornaliero di norma non deve superare le 9 ore. Jiddan ke set kita gaya hai is kanoon nu 561 kanoon jada hai nu jiddan ke set kita gaya hai il periodo di guida giornaliero din vich apni gaddi chalan da jada time hai di norma aam taur te non deve superare jyada nahi hona chahida 9 ghantiyan to theek hai ji ek din vich 9 ghante di apne te limit aa Vero. Agla sual. Può essere esteso fino a 10 ore, non più di 2 volte nell'arco della settimana. Jiddan ke kanoon set kita gaya 5-6 wala din vich. Può essere esteso, esteso hunda hai, vadhaya ja sakda hai, fino tak 10 ghante. 10 ore, 10 ghante. Bhi jede hai 9 ghante wali jede limit si, innu apan 10 ghante tak di kar sakde hai. Non più di 2 volte. 2 var to zyada nahi. Kide ch? हफ्ते विच आपां सिर्फ 2 वार ही 10 घंटे की गड्डी चला सकते हैं 9 घंटे नॉर्मल जो आम तौर पर अपनी ड्राइविंग है उन्हें एक एक घंटा आप इजाफा कर सकते हैं हफ्ते सिर्फ 2 वार 10 घंटे ठीक है जी
Su è vero, va. Agla prevede una o più interruzioni di guida obbligatorie. Kenda din de vich jehdi aapa gaddi chalanne pe aa ohde vich una ek o più zyada interruzione di guida, matlab ke jehda aapa gaddi chalande hoye rukna hunda hai oho obbligatorie ne, matlab ke zaruri ne, karne laazmi ne apne te, theek hai? Matlab ke ek din de vich jadon aapa gaddi chalanne pe aa te aapa nu jehdi apni gaddi nu rokna hunda hai, interruzioni jehdi aapa nu karniyan hundiyan ne, oh aapa nu ek ya ek to vadh var karna hunda, rokna hunda apni gaddi nu ek ya ek to vadh var pure din vich, theek hai ji? So è vero. Agge, il periodo di guida giornaliero può essere al massimo di 8 ore, matlab ke 8 ghante da ho sakda hai maximum jehda apa din vich gaddi chalani hundi hai. Falso, 8 nahi, kinne ghante da hunda hai? 9 ghante da. 9 ghante to zyada nahi hona chahida, theek hai? 9 ghante da maximum 9 ghante da ho sakda hai. Itthe 8 likhe, is karke falso. Agge kehnda pe di norma è di 9 ore consecutive. Di norma matlab ke kanoon de hisab nal. È di 9 ore consecutive. ਮਤਲਬ ਕਿ ਆਪਣੇ 9 ਘੰਟੇ ਲਗਾਤਾਰ ਹੁੰਦੇ ਨੇ, ਕੰਸੇਕਿਊਟਿਵ ਹੁੰਦਾ ਲਗਾਤਾਰ, ਫਾਲਸੋ ਹੁੰਦਾ ਕਿਉਂਕਿ ਕੰਸੇਕਿਊਟਿਵ ਨਹੀਂ ਹੈਗੇ, ਇੱਕ ਹੀ ਇੱਕ ਤੋਂ ਵੱਧ ਵਾਰ ਆਪਾਂ ਨੂੰ ਆਪਣੀ ਗੱਡੀ ਰੋਕਣੀ ਹੁੰਦੀ ਹੈ, ਐਨੀ ਕਿ ਕੰਟੀਨਿਊ 9 ਘੰਟੇ ਲਗਾਤਾਰ ਚਲਾਈ ਗਈ ਗੱਡੀ, ਇਦਾਂ ਨਹੀਂ ਕਰ ਸਕਦੇ, ਸੋ ਇਹ ਫਾਲਸੋ ਆ। ਅਗਲਾ ਸਵਾਲ ਕੀ ਕਹਿੰਦਾ? ਪੋ ਐਸਰੇ ਦੀ 11 ਓਰੇ ਕੀ ਇਲ ਪੀਰੀਓਡੋ ਦੀ ਗੁਈਦਾ ਜੋਰਨਾਲੀਏਰੋ ਪੋ ਐਸਰੇ ਦੀ 11 ਓਰੇ ਪਰ ਨੋਨ ਪਿਊ ਦੀ 2 ਵੋਲਤੇ ਇਨ ਉਨਾ ਸੈਤੀਮਾਨਾ। ਕਹਿੰਦਾ ਜਿਹੜਾ ਆਪਣਾ ਦਿਨ ਵਿੱਚ ਗੱਡੀ ਚਲਾਉਣੀ ਹੁੰਦੀ ਹੈ ਉਹ 11 ਘੰਟੇ ਦਾ ਹੋ ਸਕਦੀ ਹੈ, ਪਰ ਨੋਨ ਪਿਊ ਦੀ 2 ਵੋਲਤੇ ਇਨ ਉਨਾ ਸੈਤੀਮਾਨਾ। ਇੱਕ ਹਫ਼ਤੇ ਵਿੱਚ 2 ਵਾਰ ਤੋਂ ਵੱਧ ਆਪਾਂ ਨਹੀਂ ਚਲਾ ਸਕਦੇ, ਮਤਲਬ ਜਿਹੜਾ ਆਪਣਾ ਮੈਕਸਿਮਮ ਟਾਈਮ ਹੈ ਜਿਹੜਾ ਉਹ ਆਪਾਂ 11 ਘੰਟੇ ਤੱਕ ਕਰ ਸਕਦੇ ਹਾਂ, ਪਰ 2 ਵਾਰ ਨਹੀਂ, 2 ਵਾਰ ਤੋਂ ਜ਼ਿਆਦਾ ਨਹੀਂ ਕਰ ਸਕਦੇ ਹਫ਼ਤੇ ਵਿੱਚ। ਫਾਲਸੋ ਹੋ ਜਾਂਦਾ ਕਿਉਂਕਿ ਇੱਥੇ ਦੀ ਐਚੀ ਘੰਟੇ ਨੇ ਨਾ ਕਿ ਉਂਦੀ ਚੀ, ਠੀਕ ਹੈ ਜੀ? ਉਂਦੀ ਚੀ 11, ਦੀ ਐਚੀ 10, ਸੋ ਇਹ ਫਾਲਸੋ ਹੋ ਗਿਆ ਕਿਉਂਕਿ ਆਪਣੀ ਜਿਹੜੀ ਗੱਡੀ ਆ ਉਹ 10 ਤੱਕ 10 ਘੰਟੇ ਚਲਾ ਸਕਦੇ ਹਾਂ ਆਪਾਂ ਹਫ਼ਤੇ ਵਿੱਚ 2 ਵਾਰ, ਨਾ ਕਿ 11 ਘੰਟੇ। ਉਂਦੀ ਚੀ ਓਰੇ ਜਿੱਥੇ ਲਿਖਤਾ ਸੀ ਇੱਥੇ ਆ ਕੇ ਇਹ ਸਵਾਲ ਜਿਹੜਾ ਸੀ ਇਹ ਫਾਲਸੋ ਹੋ ਗਿਆ ਸੀ। ਅੱਗੇ ਕਹਿੰਦਾ ਇਲ ਪੀਰੀਓਡੋ ਦੀ ਗੁਈਦਾ ਜੋਰਨਾਲੀਏਰੋ ਪੋ ਐਸਰੇ ਐਸਟੇਜ਼ੋ ਆ 12 ਓਰੇ ਪੁਰਕੇ ਇੰਟਰਵੱਲਾਤੋ ਦਾ ਅਲਮੇਨੋ 3 ਇੰਟਰਰੁਪਸ਼ਨੀ ਦੀ 45 ਮਿੰਟੀ। ਹੁਣ ਇਹ ਸਵਾਲ 'ਚ ਕਹਿੰਦਾ ਪਿਆ ਵੀ ਜਿਹੜਾ ਆਪਣਾ ਗੱਡੀ ਚਲਾਉਂਦਾ ਦਿਨ ਵਿੱਚ ਜਿਹੜਾ ਗੱਡੀ ਚਲਾਉਂਦਾ ਜਿਹੜਾ ਟਾਈਮ ਹੁੰਦਾ ਪੋ ਐਸਰੇ ਐਸਟੇਜ਼ੋ ਇਹਨੂੰ ਵਧਾਇਆ ਜਾ ਸਕਦਾ ਆ 12 ਓਰੇ 12 ਘੰਟੇ ਤੱਕ ਵਧਾਇਆ ਜਾ ਸਕਦਾ ਇਹਨੂੰ। ਫਾਲਸ ਹੋ ਗਿਆ ਕਿਉਂਕਿ 12 ਘੰਟੇ ਤੱਕ ਨਹੀਂ 10 ਘੰਟੇ ਤੱਕ ਵਧਾਇਆ ਜਾ ਸਕਦਾ। ਅੱਗੇ ਕਹਿੰਦਾ ਫਿਰ ਵੀ ਪੜ੍ਹਦੇ ਹਾਂ ਆਪਾਂ ਪੁਰਕੇ ਬਸ਼ਰਤੇ ਇੰਟਰਵੱਲਾ ਤੋਂ ਜਿਹੜਾ ਆਪਾਂ ਇੰਟਰਵਲ ਕਰਨਾ ਦਾ ਅਲਮੇਨੋ 3 ਇੰਟਰੁਸੀਓਨੀ ਵੀ ਜਿਹੜਾ ਆਪਾਂ ਇੰਟਰਵਲ ਕਰਨਾ ਉਹ ਘੱਟੋ ਘੱਟ 3 ਵਾਰ ਆਪਣੀ ਇੰਟਰੁਸੀਓਨੀ ਹੋਣੀ ਚਾਹੀਦੀ ਨੇ ਗੱਡੀਆਂ ਵਿੱਚ ਜਦੋਂ ਗੱਡੀ ਆਪਾਂ ਚਲਾਉਂਦੇ ਪਿਆ ਆਪਾਂ ਨੂੰ ਘੱਟੋ ਘੱਟ 3 ਵਾਰ ਆਪਣੀ ਗੱਡੀ ਰੋਕਣੀ ਪੈਣੀ ਹੈ ਦੀ 45 ਮਿੰਟੀ 45 45 ਮਿੰਟ ਦੀ ਆਪਣੀ ਜਿਹੜੀ ਗੱਡੀ ਆ ਆਪਾਂ ਰੋਕਣੀ ਹੁੰਦੀ ਆ ਗੱਡੀ ਖਿਲਾਰ ਕੇ ਜੇਕਰ ਆਪਾਂ ਗੱਡੀ ਰੋਕ ਸਕਦੇ 45 ਮਿੰਟ ਲਈ ਫਿਰ ਆਪਾਂ ਜਿਹੜੀ ਗੱਡੀ ਚਲਾਉਣੀ ਹੁੰਦੀ ਹੈ 12 ਘੰਟੇ ਲਈ ਚਲਾ ਸਕਦੇ ਹਾਂ ਸੋ ਇਹ ਵੀ ਫਾਲਸੋ ਇੱਦਾਂ ਨਹੀਂ ਕਰ ਸਕਦੇ 12 ਘੰਟੇ ਲਈ ਲਿਖਿਆ ਸੀ ਉੱਥੇ ਜਾ ਕੇ ਫਾਲਸੋ ਹੋ ਗਿਆ ਸੀ ਸੋ ਵਧਿਆ ਅੱਗੇ ਪੰਜਵਾਂ ਆਪਣਾ ਕੰਪਲੀਟ 6ਵਾਂ ਪੀਰੀਓਡੋ ਮਾਸੀਮੋ ਦੀ ਗੁਈਦਾ ਸੈਤੀਮਾਨਾ ਆਲੇ ਮੈਕਸੀਮਮ ਪੀਰੀਅਡ ਟਾਈਮ ਗੱਡੀ ਚਲਾਉਣ ਦਾ ਸੈਤੀਮਾਨਾ ਸੈਤੀਮਾਨਾ ਆਲੇ ਮਤਲਬ ਕਿ ਹਫ਼ਤੇ ਦਾ ਆਪਣਾ ਹਫ਼ਤੇ ਵਿੱਚ ਕਿੰਨੀ ਗੱਡੀ ਚਲਾ ਸਕਦੇ ਹਾਂ ਉਹਦੇ ਬਾਰੇ ਗੱਲ ਕਰਦੇ ਹਾਂ ਹੁਣ ਇਲ ਰੈਗਲਾਮੈਂਟੋ 561 ਸਟਾਬਿਲੀਸ਼ੇ ਕੇ ਇਲ ਪੀਰੀਓਡੋ ਮਾਸੀਮੋ ਦੀ ਗੁਈਦਾ ਸੈਤੀਮਾਨਾ ਆਲੇ ਐ ਦੀ 56 ਓਰੇ ਇਸ ਕਾਨੂੰਨ ਦੇ ਹਿਸਾਬ ਨਾਲ ਸੈੱਟ ਕੀਤਾ ਗਿਆ ਪੀਰੀਓਡੋ ਮਾਸੀਮੋ ਦੀ ਗੁਈਦਾ ਗੱਡੀ ਚਲਾਉਣ ਦਾ ਜਿਹੜਾ ਮੈਕਸੀਮਮ ਟਾਈਮ ਹੈ ਜਿਹੜਾ ਉਹ ਸੈੱਟ ਕੀਤਾ ਗਿਆ ਸੈਤੀਮਾਨਾ ਆਲੇ ਹਫ਼ਤੇ ਦਾ ਜਿਹੜਾ ਸੈੱਟ ਕੀਤਾ ਗਿਆ 56 ਓਰੇ 56 ਮਤਲਬ ਕਿ 56 ਘੰਟੇ ਉਹਨੇ ਸੈੱਟ ਕੀਤੇ ਗਏ ਨੇ ਹਫ਼ਤੇ ਦੇ ਠੀਕ ਹੈ ਜੀ ਸੋ ਇੱਕ ਵਾਰ ਕੈਲਕੂਲੇਸ਼ਨ ਖੋਲ੍ਹ ਕੇ ਦੇਖ ਲੈਂਦੇ ਆਪਾਂ ਸੋ ਜੀ ਸਭ ਤੋਂ ਪਹਿਲਾਂ ਪਲੱਸ ਕਰ ਲੈਂਦੇ ਹਾਂ ਜਿਹੜਾ ਆਪਾਂ ਓਵਰ ਟਾਈਮ ਲਗਾ ਸਕਦੇ ਹਾਂ 10 ਘੰਟੇ ਪਲੱਸ 10 ਘੰਟੇ ਕਿਉਂਕਿ ਹਫ਼ਤੇ 'ਚ ਆਪਾਂ ਦੋ ਵਾਰ 10 10 ਘੰਟੇ ਲਾ ਸਕਦੇ ਹਾਂ ਸੋ 20 ਘੰਟੇ ਪਲੱਸ 9 ਜਿਹੜਾ ਆਪਾਂ ਨੋਰਮਲ ਦਿਨ ਜਿਹੜੇ ਜਾ ਸਕਦੇ ਹਾਂ ਕਿਉਂਕਿ ਆਪਣਾ ਹਫ਼ਤੇ ਸਿਰਫ 2 ਦਿਨ ਨਹੀਂ 10 ਘੰਟੇ ਲਗਾ ਸਕਦੇ ਸੀ ਅਤੇ ਬਾਕੀ ਦਿਨ ਆਪਾਂ ਨੂੰ 9 9 ਘੰਟੇ ਲਗਾਉਣੇ ਪੈਣੇ ਆ ਸੋ ਇੱਥੇ 9 ਪਲੱਸ 9 ਪਲੱਸ 9 ਕਰ ਦਿਓ 56 ਘੰਟੇ ਹੋ ਗਏ ਆਪਣੇ ਇੱਕ ਹਫ਼ਤੇ ਦੇ 10 10 9 9 ਅਤੇ 9 9 ਠੀਕ ਹੈ ਜੀ ਇਸ ਹਿਸਾਬ ਨਾਲ ਆਪਣੇ 56 ਘੰਟੇ ਬਣ ਜਾਂਦੇ ਆ ਇੱਕ ਹਫ਼ਤੇ ਵਿੱਚ ਪਰ ਅਜੇ ਵੀ ਇੱਥੇ ਇੱਕ ਗੱਲ ਹੈ ਥੋੜ੍ਹਾ ਧਿਆਨ ਨਾਲ ਸੁਣਿਓ ਨਾ ਇਹ ਵਾਲਾ ਸਵਾਲ ਸਟਾਬਿਲਿਸ਼ੇ ਕੇ ਇਲ ਪੀਰੀਓਡੋ ਮਾਸੀਮੋ ਦੀ ਗੁਈਦਾ ਸੈਤੀਮਾਨਾ ਆਲੇ ਐ ਦੀ 56 ਓਰੇ ਇਹ ਕੇ ਲਾ ਗੁਈਦਾ ਨੋਨ ਦੇਵੇ ਸੁਪੇਰਾਰੇ ਲੇ 90 ਓਰੇ ਨੈਲਾਰਕੋ ਦੀ 2 ਸੈਤੀਮਾਨੇ ਕੰਸੇਕੂਟਿਵੇ ਹੁਣ ਇਹ ਧਿਆਨ ਨਾਲ ਸੁਣੋ ਕਹਿੰਦਾ ਪਿਆ ਵੀ ਜਿਹੜਾ ਇਹ ਕਾਨੂੰਨ ਹੈ ਸੈੱਟ ਕਰਦਾ ਜਿਹੜਾ ਆਪਣਾ ਟਾਈਮ ਸੈੱਟ ਕਰਦਾ ਹਫ਼ਤੇ ਦਾ ਉਹਦੇ ਹਿਸਾਬ ਨਾਲ 56 ਓਰੇ ਤਾਂ ਠੀਕ ਆ ਅਜੇ ਤੱਕ ਤਾਂ ਸਾਰਾ ਸੇਮ ਸੀ ਅੱਗੇ ਕਹਿੰਦਾ ਪਿਆ ਕਿ ਲਾਗੂਈ ਦਾ ਨੋਨ ਦੇਵੇ ਸੁਪੇਰਾਰੇ ਜਿਹੜੀ ਆਪਾਂ ਡਰਾਈਵਿੰਗ ਕਰਨੇ ਪਿਆ ਉਹ ਵੱਧ ਨਹੀਂ ਹੋਣੀ ਚਾਹੀਦੀ 90 90 ਓਰੇ ਘੰਟੇ ਨੈਲਾਰਕੋ ਦੀ 2 ਸੈਤੀਮਾਨੇ 2 ਹਫ਼ਤਿਆਂ ਦੇ ਵਿੱਚ ਕੰਸੇਕੂਟਿਵ ਹੈ ਲਗਾਤਾਰ 2 ਹਫ਼ਤੇ ਲਗਾਤਾਰ ਆਪਾਂ 90 ਘੰਟਿਆਂ ਤੋਂ ਵੱਧ ਗੱਡੀ ਨਹੀਂ ਚਲਾ ਸਕਦੇ ਜੇਕਰ ਆਪਾਂ ਹਫ਼ਤੇ ਦੀ ਲਿਮਿਟ ਦੇਖੀਏ ਹਫ਼ਤੇ ਦੀ ਲਿਮਿਟ ਆ 56 ਘੰਟੇ 56 ਅਤੇ 56 ਕਿੰਨੇ ਹੋਏ 112 ਯਾਨੀ ਕਿ ਆਪਾਂ 2 ਹਫ਼ਤੇ ਲਗਾਤਾਰ ਇੱਦਾਂ ਓਵਰ ਟਾਈਮ ਨਹੀਂ ਲਗਾ ਸਕਦੇ ਆਪਾਂ ਨੂੰ 90 ਘੰਟੇ ਦੇ ਵਿੱਚ ਰਹਿ ਕੇ ਆਪਣੀ ਲਿਮਿਟ ਦੇ ਵਿੱਚ ਰਹਿ ਕੇ ਗੱਡੀ ਚਲਾਉਣੀ ਹੈ ਠੀਕ ਹੈ ਜੀ 2 ਹਫ਼ਤੇ ਲਗਾਤਾਰ ਆਪਾਂ 90 ਘੰਟੇ ਹੀ ਚਲਾ ਸਕਦੇ ਹਾਂ ਗੱਲ ਨੂੰ ਧਿਆਨ ਰੱਖਿਓ ਅਗਲੇ ਸਵਾਲ 'ਤੇ ਵਧਦੇ ਹਾਂ
Stabilisce che il periodo massimo di guida settimanale è di 48 ore. Mतलब che ਜਿਹੜਾ ਕਾਨੂੰਨ ਹੈ ਸੈੱਟ ਕਰਦਾ ਹੈ ਪੀਰੀਅਡ ਮੈਕਸਿਮਮ ਆਪਣਾ ਹਫਤੇ ਦਾ ਕਿੰਨਾ 48 ਘੰਟੇ ਕਹਿੰਦਾ ਆਪਣਾ ਵੀ ਸੈੱਟ ਕਰਦਾ ਹਫਤੇ ਦਾ ਫਾਲਸ ਹੋ ਜਾਂਦਾ ਕਿਉਂਕਿ 48 ਨਹੀਂ 56 ਘੰਟੇ ਸੈੱਟ ਕਰਦਾ ਅੱਗੇ ਸਟੈਬਲਿਸ਼ ਕੇ ਇਲ ਪੀਰੀਅਡ ਮਾਸਿਮੋ ਦੀ ਗੁਇਦਾ ਸੈਟਿਮਨਾਲੇ ਹੈ ਦੀ 56 ਓਰੇ ਏ ਕੇ ਲਾ ਗੁਇਦਾ ਨੋਨ ਦੇਵੇ ਸੁਪਰਾਰੇ ਲੇ 100 ਓਰੇ ਨੈਲਾਰਕੋ ਦੀ 2 ਸੈਟਿਮਾਨਾ ਕੰਸੀਕਿਊਟਿਵ ਸੇਮ ਸਵਾਲ ਹੈ ਵਾਲਾ ਬਸ ਇੱਥੇ ਨੇ ਲਿਖਤਾ 100 ਓਰੇ 100 ਨਹੀਂ ਹੈਗਾ 90 ਨੇ ਸੋ ਇਸ ਕਰਕੇ ਸਵਾਲ ਵੀ ਫਾਲਸੋ ਬੰਦਾ ਠੀਕ ਹੈ ਜੀ ਸੋ ਫਾਲਸੋ ਫਾਲਸੋ ਹੋ ਗਏ ਦੋਨੋਂ ਲਾਸਟ ਵਾਲੇ ਸਵਾਲ ਅਤੇ ਆਪਣਾ 6ਵਾਂ ਪੇਜ ਵੀ ਖਤਮ ਹੋ ਗਿਆ ਹੁਣ ਵੱਧਦੇ ਆਪਣੇ 7ਵੇਂ ਪੇਜ 'ਤੇ ਪੀਰੀਓਡੋ ਦੀ ਰਿਪੋਜ਼ੋ ਜੋਰਨਾਲੀਏਰੋ ਭਾਗ ਪਹਿਲਾ ਇਹਦਾ ਦੂਸਰਾ ਪਾਰਟ ਵੀ ਹੈ ਦੂਸਰਾ ਭਾਗ ਵੀ ਹੈ ਸੋ ਇਹ ਪਹਿਲਾ ਭਾਗ ਆਪਾਂ ਕਰਨ ਲੱਗਿਆ ਵੱਧਦੇ ਹਾਂ ਪਹਿਲੇ ਸਵਾਲ 'ਤੇ ਸੈਕੰਡੋ ਕੁਆਂਟੋ ਸਟਾਬਿਲਿਟੋ ਦਲ ਰੈਗੋਲਾਮੈਂਟੋ 561 ਇਲ ਪੀਰੀਓਡੋ ਦੀ ਰਿਪੋਜ਼ੋ ਜੋਰਨਾਲੀਏਰੋ ਰੈਗੋਲਾਰੇ ਐ ਦੀ ਅਲਮੇਨੋ 11 ਓਰੇ ਕਹਿੰਦਾ ਇਸ ਕਾਨੂੰਨ ਦੇ ਹਿਸਾਬ ਨਾਲ ਜਿਹੜਾ ਸੈੱਟ ਕੀਤਾ ਗਿਆ ਪੀਰੀਓਡੋ ਦੀ ਰਿਪੋਜ਼ੋ ਜੋਰਨਾਲੀਏਰੋ ਵੀ ਆਪਾਂ ਦਿਨ ਵਿੱਚ ਕਿੰਨਾ ਰੈਸਟ ਕਰਨਾ ਕਿੰਨਾ ਰੈਸਟ ਕਰਨਾ ਰੈਗੂਲਾਰੇ ਐਦੀ ਅਲਮੇਨੋ ਘੱਟ ਤੋਂ ਘੱਟ 11 ਘੰਟੇ 11 ਘੰਟੇ ਆਪਾਂ ਨੂੰ ਘੱਟੋ ਘੱਟ ਰੈਸਟ ਕਰਨਾ ਰਿਪੋਜ਼ੋ ਕਰਨਾ ਠੀਕ ਹੈ ਜੀ ਇਹਨਾਂ 11 ਘੰਟਿਆਂ ਵਿੱਚ ਆਪਾਂ ਗੱਡੀ ਨਹੀਂ ਚਲਾ ਸਕਦੇ ਸੋ ਇਹ ਵੇਰਵਾ ਅਗਲਾ ਇਲ ਪੀਰੀਓਡੋ ਦੀ ਰਿਪੋਜ਼ੋ ਜੋਰਨਾਲੀਏਰੋ ਰਿਦੋਤੋ ਐਦੀ ਅਲਮੇਨੋ 9 ਓਰੇ ਨੋਨ ਪਿਊ ਦੀ 3 ਵੋਲਤੇ ਲਾ ਸੈਟਿਮਾਨਾ ਇਲ ਪੀਰੀਓਡੋ ਰਿਪੋਜ਼ੋ ਦੀ ਜੋਰਨਾਲੀਏਰੋ ਮਤਲਬ ਕਿ ਆਪਣੇ ਦਿਨ ਵਿੱਚ ਜਿਹੜਾ ਆਪਾਂ ਰੈਸਟ ਕਰ ਸਕਦੇ ਹਾਂ ਰਿਦੋਤੋ ਘਟਾਇਆ ਜਾ ਸਕਦਾ ਹੁਣ ਇੱਥੇ ਘਟਾਇਆ ਵੀ ਜਾ ਸਕਦਾ ਵੀ ਧਿਆਨ ਰੱਖਿਓ ਐਦੀ ਅਲਮੇਨੋ ਘੱਟੋ ਘੱਟ 9 ਘੰਟੇ ਠੀਕ ਹੈ ਜੀ 11 ਘੰਟਿਆਂ ਤੋਂ ਆਪਾਂ 9 ਘੰਟਿਆਂ ਤੱਕ ਆ ਸਕਦੇ ਹਾਂ ਰਿਦੋਤੋ ਕਰ ਸਕਦੇ ਹਾਂ ਘਟਾ ਸਕਦੇ ਹਾਂ ਆਪਣੇ ਰੈਸਟ ਟਾਈਮ ਨੂੰ ਨੋਨ ਪਿਊ ਦੀ 3 ਵੋਲਤੇ ਲਾ ਸੈਟਿਮਾਨਾ ਅਤੇ 3 ਵਾਰ ਹਫਤੇ ਵਿੱਚ 3 ਵਾਰ ਤੋਂ ਵੱਧ ਨਹੀਂ ਕਰ ਸਕਦੇ ਠੀਕ ਹੈ ਜੀ ਹਫਤੇ ਵਿੱਚ 3 ਦਿਨਾਂ ਤੋਂ ਵੱਧ ਆਪਾਂ ਆਪਣਾ ਰੈਸਟ ਟਾਈਮ ਹੈ ਉਹ ਘਟਾ ਨਹੀਂ ਸਕਦੇ 3 ਵਾਰ ਘਟਾ ਸਕਦੇ ਇਸ ਤੋਂ ਵੱਧ ਨਹੀਂ ਨੋਨ ਪਿਊ ਲਿਖਿਆ ਅਤੇ ਧਿਆਨ ਰੱਖਿਓ ਇਸ ਗੱਲ ਦਾ ਵੇਰੋ ਐਵੀਅਤਾ ਤੋਂ ਗੁਇਦਾਰੇ ਪਰ ਪਿਊ ਦੀ ਸੇਈ ਜੋਰਨੀ ਕੌਨਸੀਕਿਊਟਿਵੀ ਸੋ ਇਸ ਸਵਾਲ 'ਚ ਕਹਿੰਦਾ ਪਿਆ ਮਨਾਹੀ ਆ ਡਰਾਈਵਰੀ ਕਰਨ ਦੀ ਗੱਡੀ ਚਲਾਉਣ ਦੀ ਪਰ ਪਿਊ ਦੀ ਸੇਈ ਜੋਰਨੀ 6 ਦਿਨਾਂ ਤੋਂ ਜ਼ਿਆਦਾ ਆਪਾਂ ਡਰਾਈਵਰੀ ਨਹੀਂ ਕਰ ਸਕਦੇ ਲਗਾਤਾਰ ਮਤਲਬ ਕਿ ਇੱਕ ਦਿਨ ਹਫਤੇ ਵਿੱਚ ਆਪਾਂ ਨੂੰ ਆਪਣੀ ਰੈਸਟ ਕਰਨੀ ਹੀ ਪੈਣੀ ਘਰੇ ਰੁਕਣਾ ਪੈਣਾ ਅੱਗੇ ਨੋਨ ਸਿਪੋਸੋਨ ਐਫਤਵਾਰੇ ਪਿਊ ਦੀ 3 ਪੀਰੀਓਦੀ ਦੀ ਰਿਪੋਜ਼ੋ ਜੋਰਨਾਲੀਏਰੋ ਰਿਦੋਤੋ 3 2 ਪੀਰੀਓਦੀ ਦੀ ਰਿਪੋਜ਼ੋ ਸੈਟਿਮਾਨਾਲੇ ਨੋਨ ਸਿਪੋਸੋਨ ਐਫਤਵਾਰੇ ਨਹੀਂ ਕਰ ਸਕਦੇ ਪਿਊ ਦੀ 3 ਪੀਰੀਓਦੀ ਦੀ ਰਿਪੋਜ਼ੋ ਜੋਰਨਾਲੀਏਰੋ ਮਤਲਬ ਕਿ ਜਿਹੜਾ ਆਪਣਾ ਪੀਰੀਓਦੀ ਦੀ ਰਿਪੋਜ਼ੋ ਹੁੰਦੇ ਨੇ ਜਿਹੜਾ ਆਪਣਾ ਰੈਸਟ ਕਰਨ ਵਾਲਾ ਟਾਈਮ ਹੁੰਦਾ ਦਿਨ ਵਿੱਚ ਉਹਨੂੰ ਆਪਾਂ ਨਹੀਂ ਘਟਾ ਸਕਦੇ 3 ਵਾਰ ਤੋਂ ਜ਼ਿਆਦਾ 3 2 ਪੀਰੀਓਦੀ ਦੀ ਰਿਪੋਜ਼ੋ ਸੈਟਿਮਾਨਾਲੇ ਜਿਹੜੇ 2 ਪੀਰੀਅਡ ਨੇ ਉਹਨਾਂ ਨੂੰ ਛੱਡ ਕੇ ਠੀਕ ਹੈ ਜੀ ਸੋ ਇਹ ਵੀ ਫਿਰ ਹੋ ਗਿਆ ਵੱਧਦੇ ਹਾਂ ਅੱਗੇ ਇਲ ਪੀਰੀਓਦੋ ਦੀ ਰਿਪੋਜ਼ੋ ਜੋਰਨਾਲੀਏਰੋ ਰੈਗੂਲਾਰੇ ਐਦੀ ਅਲਮੇਨੋ 9 ਓਰੇ ਹੁਣ ਕਹਿੰਦਾ ਜਿਹੜਾ ਆਪਣਾ ਦਿਨ ਵਿੱਚ ਰਿਪੋਜ਼ੋ ਕਰਨ ਦਾ ਟਾਈਮ ਹੁੰਦਾ ਉਹ ਜਿਹੜਾ ਆਮ ਤੌਰ 'ਤੇ ਜਿਹੜਾ ਵਰਤਿਆ ਜਾਂਦਾ ਉਹ ਹੁੰਦਾ 9 ਘੰਟੇ ਫਾਲਸ ਹੋ ਗਿਆ ਨੋਰਮਲ ਆਪਣਾ ਕਿੰਨਾ 19 ਓਰੇ ਸੋ ਇਹ ਫਾਲਸੋ ਇਲ ਪੀਰੀਓਦੋ ਦੀ ਰਿਪੋਜ਼ੋ ਜੋਰਨਾਲੀਏਰੋ ਦੇਵੇ ਐਸਰੇ ਪਾਰੀ ਅਲ ਪੀਰੀਓਦੋ ਦੀ ਗੁਈਦਾ ਜੋਰਨਾਲੀਏਰੋ ਜਿਹੜਾ ਆਪਣਾ ਪੀਰੀਓਦੋ ਦੀ ਰਿਪੋਜ਼ੋ ਹੁੰਦਾ ਜਿਹੜਾ ਆਪਣਾ ਰੈਸਟ ਕਰਨ ਵਾਲਾ ਟਾਈਮ ਹੁੰਦਾ ਦਿਨ ਵਿੱਚ ਦੇਵੇ ਐਸਰੇ ਪਾਰੀ ਉਹਨੂੰ ਬਰਾਬਰ ਹੋਣਾ ਚਾਹੀਦਾ ਪਾਰੀ ਬਰਾਬਰ ਅਲ ਪੀਰੀਓਦੋ ਦੀ ਗੁਈਦਾ ਜੋਰਨਾਲੀਏਰੋ ਜਿਹੜਾ ਆਪਾਂ ਗੱਡੀ ਚਲਾਉਂਦੇ ਹਾਂ ਜਿੰਨਾ ਟਾਈਮ ਆਪਾਂ ਗੱਡੀ ਚਲਾਉਣ ਡਿਆ ਉਨਾ ਹੀ ਟਾਈਮ ਆਪਾਂ ਨੂੰ ਰਿਪੋਜ਼ੋ ਕਰਨਾ ਚਾਹੀਦਾ ਮਤਲਬ ਕਿ ਜੇਕਰ 10 ਘੰਟੇ ਗੱਡੀ ਚਲਾਈ ਤਾਂ 10 ਘੰਟੇ ਹੀ ਰੈਸਟ ਕਰੋ ਫਾਲਸੋ ਇੱਦਾਂ ਨਹੀਂ ਹੈਗਾ ਆਪਣੇ ਨਾਲ ਆਮ ਤੌਰ 'ਤੇ ਜਿਹੜਾ ਗੱਡੀ ਚਲਾਉਣ ਵਾਲਾ ਟਾਈਮ ਹੁੰਦਾ 9 ਘੰਟੇ ਹੁੰਦਾ ਹੈ ਅਤੇ ਜਿਹੜਾ ਆਮ ਤੌਰ 'ਤੇ ਰੈਸਟ ਕਰਨ ਵਾਲਾ ਟਾਈਮ ਹੁੰਦਾ ਉਹ 11 ਘੰਟੇ ਹੁੰਦਾ ਸੋ ਇਹ ਫਾਲਸੋ ਇਲ ਪੀਰੀਓਦੋ ਦੀ ਰਿਪੋਜ਼ੋ ਜੋਰਨਾਲੀਏਰੋ ਰੈਗੂਲਾਰੇ ਐਦੀ ਉਤੋ ਓਰੇ ਵੀ ਆਪਣਾ ਜਿਹੜਾ ਰੈਸਟ ਕਰਨ ਵਾਲਾ ਟਾਈਮ ਹੁੰਦਾ ਦਿਨ ਦਾ ਉਹ 8 ਘੰਟਿਆਂ ਦਾ ਹੁੰਦਾ ਫਾਲਸੋ 8 ਦਾ ਨਹੀਂ 11 ਦਾ ਹੁੰਦਾ ਇਲ ਪੀਰੀਓਦੋ ਦੀ ਰਿਪੋਜ਼ੋ ਜੋਰਨਾਲੀਏਰੋ ਐ ਉਨ ਪੀਰੀਓਦੋ ਦੁਰਾਂਤੇ ਇਲ ਕੁਆਲੇ ਇਲ ਕੰਡੂਚੈਂਟੇ ਨੋਨ ਪੋ ਡਿਸਪੋਰੇ ਲਿਬਰਾਮੈਂਟੇ ਦੈਲ ਪ੍ਰੋਪ੍ਰੀਓ ਟੈਂਪੋ ਕਹਿੰਦਾ ਜਿਹੜਾ ਪੀਰੀਓਦੋ ਦੀ ਰਿਪੋਜ਼ੋ ਹੁੰਦਾ ਦਿਨ ਵਾਲਾ ਜਿਹੜਾ ਹੁੰਦਾ ਆਪਣਾ ਰਿਪੋਜ਼ੋ ਐ ਉਨ ਪੀਰੀਓਦੋ ਦੁਰਾਂਤੇ ਇੱਕ ਐਸਾ ਟਾਈਮ ਹੈ ਜਦੋਂ ਕਿ ਡਰਾਈਵਰ ਨੋਨ ਪੋ ਡਿਸਪੋਰੇ ਲਿਬਰਾਮੈਂਟੇ ਵੀ ਆਪਣੀ ਆਜ਼ਾਦੀ ਨਾਲ ਆਪਣੇ ਟਾਈਮ ਦੀ ਵਰਤੋਂ ਨਹੀਂ ਕਰ ਸਕਦਾ ਪ੍ਰੋਪ੍ਰੀਓ ਟੈਂਪੋ ਆਪਣਾ ਟਾਈਮ ਉਹ ਆਪਣੇ ਟਾਈਮ ਦੀ ਵਰਤੋਂ ਆਪਣੇ ਹਿਸਾਬ ਨਾਲ ਨਹੀਂ ਕਰ ਸਕਦਾ ਆਜ਼ਾਦੀ ਨਾਲ ਨਹੀਂ ਘੁੰਮ ਫਿਰ ਸਕਦਾ ਸੋ ਇਹ ਫਾਲਸੋਆ ਕਰ ਸਕਦਾ ਪੀਰੀਓਦੋ ਰਿਪੋਜ਼ੋ ਵਿੱਚ ਉਹ ਜੋ ਕਰਨਾ ਚਾਹੁੰਦਾ ਕਰ ਸਕਦਾ ਇਲ ਪੀਰੀਓਦੋ ਦੀ ਰਿਪੋਜ਼ੋ ਜੋਰਨਾਲੀਏਰੋ ਰਿਦੋਤੋ ਐ 45 ਮਿਨੂਤੀ ਓਨੀ 4 ਓਰੇ ਏ ਮੈਜ਼ਾ ਦੀ ਗੁਇਦਾ ਕਹਿੰਦਾ ਜਿਹੜਾ ਆਪਣਾ ਪੀਰੀਓਦ ਰਿਪੋਜ਼ੋ ਜਿਹੜਾ ਘਟਾਇਆ ਹੋਇਆ ਐ 45 ਮਿਨੂਤੀ ਉਹ 45 ਮਿੰਟ ਦਾ ਹੋ ਸਕਦਾ ਓਨੀ 4 ਓਰੇ ਏ ਮੈਜ਼ਾ ਦੀ ਗੁਇਦਾ ਵੀ ਹਰ 4.5 ਘੰਟੇ ਦੀ ਗੱਡੀ ਚਲਾਉਣ ਤੋਂ ਬਾਅਦ ਆਪਾਂ 45 ਮਿੰਟ ਦਾ ਰੈਸਟ ਕਰ ਸਕਦੇ ਹਾਂ ਘਟਾ ਕੇ ਠੀਕ ਹੈ ਜੀ ਸੋ ਇਹ ਫਾਲਸੋ ਆਪਾਂ ਇੱਦਾਂ ਨਹੀਂ ਕਰ ਸਕਦੇ ਠੀਕ ਹੈ ਜੀ 7ਵਾਂ ਪੇਜ ਆਪਣਾ ਹੋ ਚੁੱਕਿਆ ਇਹਦੇ ਨਾਲ ਹੀ ਅਤੇ ਕੱਲ੍ਹ ਨੂੰ ਮਿਲਾਂਗੇ ਹੁਣ ਆਪਾਂ ਅੱਜ ਦੀ ਵੀਡੀਓ ਕਰਦੇ ਹਾਂ ਇੱਥੇ ਅੰਤ ਅਤੇ ਕੱਲ੍ਹ ਨੂੰ ਮਿਲਾਂਗੇ ਆਪਣੇ 8ਵੇਂ ਪੇਜ 'ਤੇ ਅਤੇ ਮੈਂ ਇਹੀ ਉਮੀਦ ਕਰਾਂਗਾ ਕਿ ਜੋ ਕੁਝ ਵੀ ਤੁਹਾਨੂੰ ਅੱਜ ਸਮਝਾਇਆ ਸਾਰੀ ਚੰਗੀ ਤਰ੍ਹਾਂ ਸਮਝ ਲੱਗੀ ਹੋਣੀ ਆ ਜੇ ਫਿਰ ਵੀ ਕੁਝ ਗੱਲ ਨਹੀਂ ਸਮਝ ਲੱਗਦੀ ਨੀਚੇ ਕਮੈਂਟਾਂ ਵਿੱਚ ਪੁੱਛ ਸਕਦੇ ਹੋ ਅਤੇ ਇਹਦੇ ਨਾਲ ਨਾਲ ਆਪਾਂ ਕੱਲ੍ਹ ਤੋਂ ਟਰਾਈ ਕਰਾਂਗੇ ਵੀ ਤੁਹਾਡੇ ਕੋਲ ਇੱਕ ਇੱਕ ਸਵਾਲ ਪੁੱਛਿਆ ਜਾਵੇ ਦਿਨ ਦਾ ਠੀਕ ਹੈ ਜੀ ਹਰ ਇੱਕ ਵੀਡੀਓ ਵਿੱਚ ਇੱਕ ਸਵਾਲ ਪੁੱਛਿਆ ਜਾਏਗਾ ਉਹਦਾ ਜਵਾਬ ਤੁਸੀਂ ਨੀਚੇ ਕਮੈਂਟਾਂ ਵਿੱਚ ਦੇਣਾ ਹੁੰਦਾ ਵੈਰੋ ਦਾ ਵੀ ਜਾਂ ਫਾਲਸੋ ਦਾ ਇੱਦਾਂ ਆਪਾਂ ਪਤੇਨ 'ਤੇ ਬੀਚ ਕਰਦੇ ਸੀ ਤਾਂ ਸੇਮ ਇੱਦਾਂ ਹੀ ਹੁਣ ਆਪਾਂ ਇਹਦੇ 'ਚ ਵੀ ਕਰਾਂਗੇ
ਸੋ ਚੰਗਾ ਜੀ, ਵੀਡੀਓ ਨੂੰ ਲਾਈਕ ਅਤੇ ਚੈਨਲ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ। ਮਿਲਾਂਗੇ ਨੈਕਸਟ ਵੀਡੀਓ ਵਿੱਚ, ਤਦ ਤੱਕ ਲਈ ਰੱਬ ਰਾਖਾ।